ਡਿਊਟੀ ਤੇ ਆਏ ਇੱਕ ਫੌਜੀ ਜਵਾਨ ਦੀ ਹਾਰਟ ਅਟੈਕ ਆਉਣ ਦੇ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਇੱਕ ਦਿਨ ਬਾਅਦ ਹੀ ਉਸ ਫੌਜੀ ਜਵਾਨ ਨੇ ਆਪਣੀ ਡਿਊਟੀ ਤੇ ਮਿਜ਼ੋਰਮ ਜਾਣਾ ਸੀ, ਪਰ ਇੱਕ ਦਿਨ ਪਹਿਲਾਂ ਹੀ ਉਸਨੂੰ ਘਰ ਦੇ ਵਿੱਚ ਬੈਠੇ ਬੈਠੇ ਹਾਰਟ ਅਟੈਕ ਆ ਗਿਆ, ਜਿਸਦੇ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਦਰਅਸਲ ਮਾਮਲਾ ਖਨੌਰੀ ਦੇ ਅਧੀਨ ਪੈਂਦੇ ਪਿੰਡ ਅਨਦਾਣਾ ਤੋਂ ਸਾਹਮਣੇ ਆਇਆ, ਜਿੱਥੇ ਕਿ BSF ਦੇ ਵਿੱਚ ਤੈਨਾਤ ਇੱਕ ਰਾਜਵੀਰ ਸਿੰਘ ਜਵਾਨ ਦੀ ਹਾਰਟ ਅਟੈਕ ਦੇ ਕਾਰਨ ਮੌਤ ਹੋਈ ਹੈ। ਕਿਹਾ ਜਾ ਰਿਹਾ ਕਿ ਇੱਕ ਦਿਨ ਬਾਅਦ ਹੀ ਇਸ ਜਵਾਨ ਨੇ ਆਪਣੀ ਟ੍ਰੇਨ ਫੜਨੀ ਸੀ, ਮਿਜ਼ੋਰਮ ਜਾਣ ਦੇ ਲਈ ਆਪਣੀ ਡਿਊਟੀ ਜੁਆਇਨ ਕਰਨੀ ਸੀ, ਪਰ ਇੱਕ ਦਿਨ ਪਹਿਲਾਂ ਹੀ ਘਰ ਦੇ ਵਿੱਚ ਉਸਨੂੰ ਅਚਾਨਕ ਹਾਰਟ ਅਟੈਕ ਆ ਗਿਆ। ਹਾਲਾਂਕਿ ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਸਰਕਾਰੀ ਸਨਮਾਨਾਂ ਦੇ ਨਾਲ ਹੁਣ ਇਸ ਜਵਾਨ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਹੈ। ਤਾਂ ਦੱਸ ਦਈਏ ਕਿ ਬੇਹੱਦ ਮੰਦਭਾਗੀ ਖਬਰ ਖਨੌਰੀ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਫੌਜੀ ਜਵਾਨ ਜੋ ਕਿ 2003 ਦੇ ਵਿੱਚ BSF 'ਚ ਭਰਤੀ ਹੋਇਆ ਸੀ ਅਤੇ ਛੁੱਟੀ ਬਿਤਾਉਣ ਦੇ ਲਈ ਆਪਣੇ ਪਿੰਡ ਪਹੁੰਚਿਆ ਸੀ, ਅਤੇ ਜਿਸ ਦਿਨ ਉਸਦੀ ਵਾਪਸੀ ਸੀ ਉਸ ਤੋਂ ਠੀਕ ਇੱਕ ਦਿਨ ਪਹਿਲਾਂ ਹੀ ਉਸਦੀ ਅਚਾਨਕ ਤਬੀਅਤ ਖਰਾਬ ਹੋ ਗਈ। ਕਿਹਾ ਜਾ ਰਿਹਾ ਕਿ ਹਾਰਟ ਅਟੈਕ ਦੇ ਕਾਰਨ ਉਸਦੀ ਮੌਤ ਹੋ ਗਈ। ਹਾਲਾਂਕਿ ਜੋ ਸ਼ਹੀਦ ਜਵਾਨ ਹੈ ਉਸਦਾ ਇੱਕ ਬੇਟਾ ਵੀ ਹੈ, ਜਿਸਦੀ ਉਮਰ 16 ਸਾਲ ਦੇ ਕਰੀਬ ਹੈ ਅਤੇ ਉਹ 10ਵੀਂ ਜਮਾਤ ਦੇ ਵਿੱਚ ਪੜ੍ਹਦਾ ਹੈ। ਇਹ ਕੱਲ੍ਹ ਇਹਨਾਂ ਦੀ ਰਾਤ ਨੂੰ 1:30 ਵਜੇ ਫਲਾਈਟ ਸੀ, ਉਹ ਟ੍ਰੇਨ ਸੀ, ਔਰ ਅੱਜ 10 ਵਜੇ ਫਲਾਈਟ ਸੀ, ਅਤੇ ਆਪਣੀ ਤਿਆਰੀਆਂ ਕਰੇ ਸਨ ਅਤੇ ਦੋਨੋਂ ਚਾਚਾ ਪਿਤਾ ਜਾ ਬੈੱਡ 'ਤੇ ਬੈਠ ਕੇ ਟ੍ਰੇਨ ਦਾ ਟਾਈਮ ਦੇਖ ਰਹੇ ਸੀ, ਮਤਲਬ ਇਹ ਵੀ ਟ੍ਰੇਨ ਕਿੰਨੇ ਵਜੇ ਟਵਾਣੇ ਪਹੁੰਚੇਗੀ। ਬੈਠੇ ਬੈਠੇ ਹੀ ਹੋ ਗਿਆ ਜੀ, ਮਤਲਬ ਇੱਕਦਮ ਲੇਟ ਗਏ ਔਰ ਪਤਾ ਲੱਗਿਆ ਜੀ, ਬੇਹੋਸ਼ ਹੋ ਗਏ। ਇੱਕ ਮੁੰਡਾ ਹੈ ਜੀ, 15-16 ਸਾਲ ਦਾ ਜੀ, 10ਵੀਂ ਕਲਾਸ ਦੇ ਵਿੱਚ ਪੜ੍ਹਦਾ ਹੈ, ਅਤੇ ਅਸੀਂ ਲੋਕਲ ਡਾਕਟਰ ਬੁਲਾਇਆ, ਉਸਨੇ ਚੈੱਕਅਪ ਕਰਿਆ, ਉਹ ਕਹਿੰਦਾ ਬਈ ਸੀਰੀਅਸ ਹੈ, ਇਸ ਨੂੰ ਲੈ ਕੇ ਜਾਓ, ਅਤੇ ਅਸੀਂ ਟੁਆਣੇ ਲੈ ਕੇ ਗਏ ਜੀ। ਟੁਆਣਿਆਂ ਨੇ ਉਹ ਕਰਤਾ ਜੀ, ਮੁੜ ਕੇ ਰੈਫਰ ਕਰਤਾ ਜੀ, ਨੂੰ ਗਿਆ, ਇਹ ਹੋ ਗਿਆ ਜੀ, ਮਤਲਬ ਪੂਰਾ ਹੋ ਗਿਆ, ਮਿਤ ਗੋਸ਼ ਕਰਤਾ ਜੀ, ਉਹ ਮੁੜ ਕੇ ਬੱਗੇ ਜੀ। ਵਰਿੰਦਰ ਕੁਮਾਰ ਮੇਰੇ ਤਾਏ ਦਾ ਮੁੰਡਾ ਬ੍ਰਦਰ, ਤੇ ਫੋਨ ਵੀ ਇਦਾਂ ਦਾ ਬੇਹੋਸ਼ ਹੋ ਗਏ ਇਕਦਮ, ਤੇ ਉਹਨੂੰ ਟੁਆਣੇ ਲੈ ਕੇ ਗਏ ਸੀਗੇ, ਹਾਰਟ ਫੇਲ ਬਤਾਇਆ ਜੀ। ਛੁੱਟੀ ਤੇ ਆਏ ਇੱਕ ਫੌਜੀ ਜਵਾਨ ਦੀ ਹਾਰਟ ਅਟੈਕ ਆਉਣ ਦੇ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਇੱਕ ਦਿਨ ਬਾਅਦ ਹੀ ਉਸ ਫੌਜੀ ਜਵਾਨ ਨੇ ਆਪਣੀ ਡਿਊਟੀ ਤੇ ਮਿਜ਼ੋਰਮ ਜਾਣਾ ਸੀ, ਪਰ ਇੱਕ ਦਿਨ ਪਹਿਲਾਂ ਹੀ ਉਸਨੂੰ ਘਰ ਦੇ ਵਿੱਚ ਬੈਠੇ ਬੈਠੇ ਹਾਰਟ ਅਟੈਕ ਆ ਗਿਆ, ਜਿਸਦੇ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਦਰਅਸਲ ਮਾਮਲਾ ਖਨੌਰੀ ਦੇ ਅਧੀਨ ਪੈਂਦੇ ਪਿੰਡ ਅਨਦਾਣਾ ਤੋਂ ਸਾਹਮਣੇ ਆਇਆ, ਜਿੱਥੇ ਕਿ BSF ਦੇ ਵਿੱਚ ਤੈਨਾਤ ਇੱਕ ਰਾਜਵੀਰ ਸਿੰਘ ਜਵਾਨ ਦੀ ਹਾਰਟ ਅਟੈਕ ਦੇ ਕਾਰਨ ਮੌਤ ਹੋਈ ਹੈ। ਕਿਹਾ ਜਾ ਰਿਹਾ ਕਿ ਇੱਕ ਦਿਨ ਬਾਅਦ ਹੀ ਇਸ ਜਵਾਨ ਨੇ ਆਪਣੀ ਟ੍ਰੇਨ ਫੜਨੀ ਸੀ, ਮਿਜ਼ੋਰਮ ਜਾਣ ਦੇ ਲਈ ਆਪਣੀ ਡਿਊਟੀ ਜੁਆਇਨ ਕਰਨੀ ਸੀ, ਪਰ ਇੱਕ ਦਿਨ ਪਹਿਲਾਂ ਹੀ ਘਰ ਦੇ ਵਿੱਚ ਉਸਨੂੰ ਅਚਾਨਕ ਹਾਰਟ ਅਟੈਕ ਆ ਗਿਆ। ਹਾਲਾਂਕਿ ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਸਰਕਾਰੀ ਸਨਮਾਨਾਂ ਦੇ ਨਾਲ ਹੁਣ ਇਸ ਜਵਾਨ ਦਾ ਅੰਤਿਮ ਸੰਸਕਾਰ ਵੀ
ਕਰ ਦਿੱਤਾ ਗਿਆ ਹੈ। ਤਾਂ ਦੱਸ ਦਈਏ ਕਿ ਬੇਹੱਦ ਮੰਦਭਾਗੀ ਖਬਰ ਖਨੌਰੀ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਫੌਜੀ ਜਵਾਨ ਜੋ ਕਿ 2003 ਦੇ ਵਿੱਚ BSF 'ਚ ਭਰਤੀ ਹੋਇਆ ਸੀ ਅਤੇ ਛੁੱਟੀ ਬਿਤਾਉਣ ਦੇ ਲਈ ਆਪਣੇ ਪਿੰਡ ਪਹੁੰਚਿਆ ਸੀ ਅਤੇ ਜਿਸ ਦਿਨ ਉਸਦੀ ਵਾਪਸੀ ਸੀ ਉਸ ਤੋਂ ਠੀਕ ਇੱਕ ਦਿਨ ਪਹਿਲਾਂ ਹੀ ਉਸਦੀ ਅਚਾਨਕ ਤਬੀਅਤ ਖਰਾਬ ਹੋ ਗਈ। ਕਿਹਾ ਜਾ ਰਿਹਾ ਕਿ ਹਾਰਟ ਅਟੈਕ ਦੇ ਕਾਰਨ ਉਸਦੀ ਮੌਤ ਹੋ ਗਈ। ਹਾਲਾਂਕਿ ਜੋ ਸ਼ਹੀਦ ਜਵਾਨ ਹੈ ਉਸਦਾ ਇੱਕ ਬੇਟਾ ਵੀ ਹੈ ਜਿਸਦੀ ਉਮਰ 16 ਸਾਲ ਦੇ ਕਰੀਬ ਹੈ ਅਤੇ ਉਹ 10ਵੀਂ ਜਮਾਤ ਦੇ ਵਿੱਚ ਪੜ੍ਹਦਾ ਹੈ। ਇਹ ਕੱਲ੍ਹ ਇਹਨਾਂ ਦੀ ਰਾਤ ਨੂੰ 1:30 ਫਲਾਈਟ ਸੀ, ਉਹ ਟ੍ਰੇਨ ਸੀ, ਔਰ ਅੱਜ 10 ਫਲਾਈਟ ਸੀ ਅਤੇ ਆਪਣੀ ਤਿਆਰੀਆਂ ਕਰੇ ਸਨ ਅਤੇ ਦੋਨੋਂ ਚਾਚਾ ਪਿਤਾ ਜਾ ਬੈੱਡ 'ਤੇ ਬੈਠ ਕੇ ਟ੍ਰੇਨ ਦਾ ਟਾਈਮ ਦੇਖ ਰਹੇ ਸੀ, ਮਤਲਬ ਇਹ ਵੀ ਟ੍ਰੇਨ 9:00 ਟਵਾਣੇ ਪਹੁੰਚੇਗੀ। ਬੈਠੇ ਬੈਠੇ ਹੀ ਹੋ ਗਿਆ ਜੀ, ਮਤਲਬ ਇੱਕਦਮ ਲੇਟ ਗਏ ਔਰ ਪਤਾ ਲੱਗਿਆ ਜੀ ਬੇਹੋਸ਼ ਹੋ ਗਏ। ਇੱਕ ਮੁੰਡਾ ਹੈ ਜੀ 15-16 ਸਾਲ ਦਾ ਜੀ, 10ਵੀਂ ਕਲਾਸ ਦੇ ਵਿੱਚ ਪੜ੍ਹਦਾ ਹੈ ਅਤੇ ਅਸੀਂ ਲੋਕਲ ਡਾਕਟਰ ਬੁਲਾਇਆ, ਉਸਨੇ ਚੈੱਕਅਪ ਕਰਿਆ, ਉਹ ਕਹਿੰਦਾ ਬਈ ਸੀਰੀਅਸ ਹੈ, ਇਸਨੂੰ ਲੈ ਕੇ ਜਾਓ। ਅਤੇ ਅਸੀਂ ਟਵਾਣੇ ਲੈ ਕੇ ਗਏ ਜੀ, ਟਵਾਣਿਆਂ ਨੇ ਉਹ ਕਰਤਾ ਜੀ, ਮੁੜ ਕੇ ਰੈਫਰ ਕਰਤਾ ਜੀ, ਨੂੰ ਗਿਆ ਇਹ ਹੋ ਗਿਆ ਜੀ, ਮਤਲਬ ਪੂਰਾ ਹੋ ਗਿਆ, ਮਿਤ ਗੋਸ਼ ਕਰਤਾ ਜੀ, ਉਹ ਮੁੜ ਕੇ ਬੱਗੇ ਜੀ। ਵਰਿੰਦਰ ਕੁਮਾਰ ਫੌਜੀ ਸਾਹਿਬ, ਕੀ ਲੱਗਦਾ ਤੁਹਾਡੇ? ਮੇਰਾ ਭਤੀਜਾ ਜੀ। ਕੀ ਗੱਲਬਾਤ ਹੋਈ ਹੈ? ਹੱਡ ਫੈਲ ਹੋਇਆ ਜੀ, ਭਤੀਜਾ ਲੈ ਕੇ ਗਿਆ ਸੀ ਟੋਣ, ਮੇਰੇ ਤੋਂ ਗੋਸ਼ ਕਰਤਾ ਡਾਕਟਰ ਡਾਣ ਦੀ ਤਿਆਰੀ ਕਰਤੀ। ਇਹ ਕੱਲ੍ਹ ਰਾਤੀ ਫੋਨ ਆਇਆ ਜੀ ਮੈਨੂੰ, ਮੇਰੇ ਤਾਏ ਦਾ ਮੁੰਡਾ ਹੈ ਬ੍ਰਦਰ, ਅਤੇ ਫੋਨ ਵੀ ਇੱਦਾਂ ਇੱਦਾਂ ਬੇਹੋਸ਼ ਹੋ ਗਏ ਇੱਕਦਮ, ਅਤੇ ਉਹਨੂੰ ਢਵਾਣੇ ਲੈ ਕੇ ਗਏ ਸੀਗੇ, ਹਾਰਟ ਫੇਲ ਬਤਾਇਆ ਜੀ।